ਅੱਜ ਕੱਲ ਤੇ ਨਵੀਂ ਤੋਂ ਨਵੀਂ ਬਿਮਾਰੀਆਂ ਸੁਣ ਕੇ ਹੈਰਾਨ ਹੋ ਜਾਈਦਾ। ਇੱਕ ਬੀਬੀ ਆ ਕੇ ਕਹਿੰਦੀ, ਬਾਬਾ ਜੀ ਮੇਰੇ ਬੱਚੇ ਨੂੰ ਇੱਕ ਬੜੀ ਤਕੜੀ ਬਿਮਾਰੀ ਲੱਗੀ। ਮੈਂ ਕਿਹਾ ਕਿਹੜੀ ਲੱਗੀ ਆ? ਵਿੱਚ ਕਈ ਪਿੰਡਾਂ ਵਾਲੇ ਬੈਠੇ, ਸ਼ਾਇਦ ਨਾ ਪਤਾ ਹੋਵੇ, ਸ਼ਹਿਰਾਂ ਵਾਲੇ ਵੀ ਵਿੱਚੇ ਬੈਠੇ, ਕਹਿੰਦੇ ਜੀ ਬੱਚੇ ਨੂੰ ਬਿਮਾਰੀ ਲੱਗੀ ਹੈ ਪਬਜੀ ਦੀ। ਉਹ ਪਬਜੀ ਇੱਕ ਗੇਮ ਹੈ ਕਹਿੰਦੇ, ਸਾਧ ਸੰਗਤ ਉਹ ਕਹਿੰਦੇ ਕਮਰੇ 'ਚ ਬੈਠਾ ਵੀ ਕਹੀ ਜਾਂਦਾ, ਇੱਧਰੋਂ ਆ ਜਾ ਮੈਨੂੰ ਮਲਮ ਪੱਟੀ ਲਾ ਦੇ, ਮੈਂ ਇੱਧਰੋਂ ਫਾਇਰਿੰਗ ਕਰਨ ਲੱਗਿਆਂ, ਮੈਂ ਇੱਧਰੋਂ ਗੋਲੀ ਚਲਾਉਣ ਲੱਗਿਆਂ। ਕਹਿੰਦੀ ਇੱਕ ਦਿਨ ਮੈਂ ਸੁੱਤੀ ਪਈ ਸੀ, ਉਹ ਕਵੇ ਮਿੱਤਰ ਨੂੰ ਭਾਵ ਫੋਨ 'ਤੇ ਉਹ ਗੇਮ ਚੱਲਦੀ, ਕਹਿੰਦਾ ਇੱਧਰੋਂ ਦੀ ਆ ਜਾ ਫਾਇਰ ਕਰਨੀ ਹੈ, ਇੱਧਰੋਂ ਦੀ ਆ ਜਾ ਫਾਇਰ ਕਰਨੀ ਹੈ। ਉਹ ਮੈਂ ਡਰ ਗਈ, ਕਹਿੰਦੀ ਮੈਂ ਕਿਹਾ ਵੀ ਮੇਰੇ ਬੱਚੇ ਕੋਲ ਕਿੱਥੋਂ ਹਥਿਆਰ ਆ ਗਏ। ਜਦੋਂ ਬਾਹਰ ਆ ਕੇ ਦੇਖਿਆ ਤਾਂ ਮੋਬਾਈਲ 'ਤੇ ਗੇਮ ਖੇਡਣ ਲੱਗਿਆ। ਆਖੋ ਸਾਧਨਾ, ਸ੍ਰੀ ਵਾਹਿਗੁਰੂ ਜੀ। ਐਸੀਆਂ ਐਸੀਆਂ ਬਿਮਾਰੀਆਂ ਲੱਗੀਆਂ ਨੇ। ਸਾਧ ਸੰਗਤ ਮੈਂ ਜੋ ਬੇਨਤੀ ਕਰ ਰਿਹਾ, ਅੱਜ ਸੰਸਾਰ ਦਾ ਹਾਲ ਕੀ ਹੈ?